ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਦੋਸਤੋ। ਪਰਮਾਤਮਾ ਕਰੇ ਸਾਰੇ ਦੋਸਤਾਂ ਮਿੱਤਰਾਂ ਦੇ ਹਾਲ ਚਾਲ ਵਧੀਆ ਹੋਣਗੇ। ਤੇ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਚੈਨਲ ਹੈਲੋ ਪੰਜਾਬੀ ਟੀਵੀ ਤੇ। ਲੈ ਕੇ ਹਾਜ਼ਰ ਹਾਂ ਇੱਕ ਅੱਜ ਨਵੀਂ ਸਟੋਰੀ, ਇੱਕ ਨਵਾਂ ਕੇਸ ਤੁਹਾਡੀ ਕਚਹਿਰੀ ਦੇ ਵਿੱਚ। ਦੋਸਤੋ ਅੱਜ ਜਿਹੜਾ ਆਪਾਂ ਕੇਸ ਜਿਹੜਾ ਗੱਲ ਕਰਨੀ ਹੈ, ਜਿਹਦੇ ਬਾਰੇ ਆਪਾਂ ਬੜਾ ਮਤਲਬ ਕਿ ਸਾਡੇ ਮੰਤਰੀ ਲੋਕ ਵੀ ਕਹਿੰਦੇ ਨੇ ਕਿ ਸਾਡੇ ਮਤਲਬ ਇੰਡੀਆ ਦੇ ਵਿੱਚ ਕੁੜੀਆਂ ਸੇਫ ਨੇ। ਪਰ ਦੋਸਤੋ ਅੱਜ ਦੀ ਕਹਾਣੀ ਸੁਣ ਕੇ ਤੁਹਾਨੂੰ ਪਤਾ ਲੱਗ ਜਾਣਾ ਕਿ ਕੁੜੀਆਂ ਕਿੰਨੀਆਂ ਕੁ ਸੇਫ ਨੇ। ਦੋਸਤੋ ਕਹਾਣੀ ਦੀ ਜਿਹੜੀ ਸ਼ੁਰੂਆਤ ਹੈ ਉਹ ਮਹਾਰਾਸ਼ਟਰ ਦੇ ਕੇਰੀਆ ਨਾਗਪੁਰ ਵਿੱਚ ਕਲੋਨੀ ਨੰਦਾਵਨ ਜਿੱਥੇ ਇਹ ਘਟਨਾ ਘਟਦੀ ਹੈ। ਦੋਸਤੋ ਇੱਥੇ ਮਤਲਬ ਕਿ ਕਈ ਕਾਲਜ ਅਤੇ ਕਈ ਦਫ਼ਤਰ ਨੇ। ਇੱਥੇ ਹੀ ਇੱਕ ਕਾਲਜ ਹੈ ਜਿਹਦੇ ਵਿੱਚ ਕਿ ਕੁੜੀਆਂ ਪੜ੍ਹਦੀਆਂ ਨੇ, ਸਿਰਫ ਗਰਲਜ ਕਾਲਜ ਹੈ। ਕਾਲਜ ਦਾ ਨਾਮ ਹੈਗਾ ਦੋਸਤੋ ਰਾਜ ਸ਼੍ਰੀ ਮਲਾਕ ਕਾਲਜ ਇੰਜੀਨੀਅਰਿੰਗ ਫੋਰ ਵੂਮੈਨ। ਦੋਸਤੋ ਬੜਾ ਵਧੀਆ ਚੱਲਣ ਵਾਲਾ ਕਾਲਜ ਹੈ, ਦੂਰੋਂ ਦੂਰੋਂ ਬੱਚੇ ਪੜ੍ਹਦੇ ਨੇ। ਕਈ ਆਪਦੇ ਕਹਿ ਦਈਏ ਕਿ ਦੂਰ ਘਰੋਂ ਆ ਕੇ ਉੱਥੇ ਕਿਰਾਏ 'ਤੇ ਰਹਿ ਕੇ ਪੜ੍ਹ ਰਹੀਆਂ ਕੁੜੀਆਂ ਪੜ੍ਹ ਰਹੀਆਂ ਨੇ, ਕਈ ਲੋਕਲ ਕੁੜੀਆਂ ਵੀ ਨੇ। ਦੋਸਤੋ ਇੱਥੇ ਹੀ ਇੱਕ ਕੁੜੀ ਪੜ੍ਹਦੀ ਸੀ ਜਿਸਦਾ ਨਾਮ ਸੀਗਾ ਮੋਨਿਕਾ ਕਿਰਾਨਪੁਰੇ। ਦੋਸਤੋ ਇੱਕ ਚੰਗੀ ਖੁਸ਼ ਮਿਜਾਜ ਕੁੜੀ ਕਹਿ ਸਕਦੇ ਹਾਂ, ਹੱਦ ਤੋਂ ਵੱਧ ਸਿਆਣੀ ਕਹਿ ਸਕਦੇ ਹਾਂ। ਮਤਲਬ ਕਿ ਥਰਡ ਈਅਰ ਦੀ ਸਟੂਡੈਂਟ ਸੀਗੀ, ਹੰਡੀ ਪਈ ਸੀ ਕੋਈ ਕੁੜੀ, ਜੇ ਕਹਿ ਦਈਏ ਕਿ ਉਹਨਾਂ ਨੇ ਮਤਲਬ ਕਿ ਆਪਣੀ ਜ਼ਿੰਦਗੀ ਦੇ ਫਸਟ ਸੈਕਿੰਡ ਐਂਡ ਥਰਡ ਤਿੰਨੇ ਸਾਲ ਉਹ ਨੇ ਕੁੜੀ ਨੇ ਵਧੀਆ ਪੜ੍ਹਾਈ ਕੀਤੀ। ਆਪਣੇ ਮਾਂ ਬਾਪ ਦੀ ਇਕਲੌਤੀ ਔਲਾਦ ਸੀਗੀ, ਚੰਗੀ ਉਹਨਾਂ ਨੂੰ ਕੋਈ ਉਹਦੇ 'ਚੋਂ ਉਮੀਦ ਦਿਸੀ ਅਤੇ ਉਹਦੇ 'ਤੇ ਪੈਸਾ ਖਰਚਿਆ। ਦੋਸਤੋ ਉਹ ਕੁੜੀ ਨੂੰ ਪੜ੍ਹਨ ਲਾਇਆ ਉੱਥੇ, ਅਤੇ ਕੁੜੀ ਨੇ ਵੀ ਬੜੀ ਮਿਹਨਤ ਕੀਤੀ ਅਤੇ ਥਰਡ ਈਅਰ ਤੱਕ ਪਹੁੰਚੀ, ਵਧੇ ਨੰਬਰ ਲੈ ਕੇ ਚੰਗੀ ਪੁਜੀਸ਼ਨ ਲੈ ਕੇ। ਅਤੇ ਦੋਸਤੋ ਅਚਾਨਕ ਇੱਕ ਦਿਨ ਆਪਣੇ ਕਾਲਜ ਤੋਂ ਛੁੱਟੀ ਕਰਕੇ ਇਹ ਕੁੜੀ ਆਪਣੇ ਘਰ ਨੂੰ ਜਾ ਰਹੀ ਸੀਗੀ। ਗੱਲ ਹੈ 11 ਮਾਰਚ 2011 ਦੀ। ਇਹ ਆਪਣੇ ਕਾਲਜ ਤੋਂ ਛੁੱਟੀ ਕਰਕੇ ਆਪਣੇ ਘਰ ਨੂੰ ਜਾ ਰਹੀ ਸੀਗੀ, ਜਾਂ ਕਹਿ ਦਈਏ ਆਪਣੇ ਘਰ ਤੋਂ ਕਾਲਜ ਆ ਰਹੀ ਸੀਗੀ। ਲੇਕਿਨ ਦੋਸਤੋ ਕਰੀਬ 11 ਵਜੇ ਦਾ ਟਾਈਮ ਸੀਗਾ, ਤਾਂ ਇਹ ਨਾਲੇ ਤਾਂ ਆਪਣੇ ਕਾਲਜ ਆ ਰਹੀ ਸੀਗੀ, ਔਰ ਇਹ ਇੱਕ ਕੁੜੀਆਂ ਦੇ ਵਿੱਚ ਬੜਾ ਕਰੇਜ਼ ਚੱਲਿਆ ਹੋਇਆ ਕਿ ਜਿਹੜਾ ਮੂੰਹ ਬੰਨਦੇ ਨੇ। ਦੋਸਤੋ ਅੱਜ ਦਾ ਇੱਕ ਸਟੋਰੀ ਤੁਹਾਨੂੰ ਹੋਰ ਵੀ ਦੱਸ ਦੇਣਾ ਕਿ ਜਿਹਦੇ ਵਿੱਚ ਮੂੰਹ ਬੰਨਣ ਵਾਲੀ ਜਿਹੜੀ ਗੱਲ ਹੈ ਉਹੀ ਸਾਰੇ ਪੰਗੇ ਦੀ ਜੜ੍ਹ ਹੈ, ਉੱਥੇ ਹੀ ਸਾਰਾ ਕਹੀਏ ਮਸਲਾ ਉਲਝਦਾ। ਤੇ ਦੋਸਤੋ ਕੁੜੀ ਮੋਨਿਕਾ ਆਪਣੇ ਮੂੰਹ ਦੇ ਉੱਤੇ ਕੱਪੜਾ ਲਪੇਟ ਕੇ ਆਪਣੇ ਕਾਲੇ ਗੋਗਲਸ ਲਾ ਕੇ ਆਪਣੇ ਕਾਲਜ ਨੂੰ ਚੱਲੀ ਤੁਰੀ ਜਾ ਰਹੀ ਹੈ। ਹੋਰ ਲੋਕ ਵੀ ਹੈਗੇ ਨੇ ਉੱਤੇ, ਤੇ ਆਪਣੀ ਮਦਰ ਨਾਲ ਫੋਨ ਤੇ ਗੱਲ ਕਰਦੀ ਜਾਂਦੀ ਹੈ। ਦੋਸਤੋ ਅਚਾਨਕ ਪਿੱਛੋਂ ਮੋਟਰਸਾਈਕਲ ਤੇ ਤਿੰਨ ਜਾਣੇ ਆਉਂਦੇ ਨੇ, ਤਿੰਨ ਬਦਮਾਸ਼ ਆਉਂਦੇ ਨੇ ਤੇ ਅੰਨੇ ਵਾਹ ਉਹਦੇ ਸਰੀਰ ਦੇ ਉੱਤੇ ਚਾਕੂ ਮਾਰਨੇ ਸ਼ੁਰੂ ਕਰ ਦਿੰਦੇ ਨੇ। ਇੱਥੋਂ ਤੱਕ ਕਿ ਇੱਕ ਚਾਕੂ ਉਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਫਸ ਜਾਂਦਾ ਤਾਂ ਖਿੱਚ ਕੇ ਉਹ ਚਾਕੂ ਕੱਢਿਆ ਜਾਂਦਾ ਦੋਸਤੋ, ਜਿਹਦੇ ਨਾਲ ਕਿ ਉਹਨੂੰ ਹੋਰ ਤਕਲੀਫ ਆਉਂਦੀ ਹੈ ਤੇ ਉਹਦੇ ਨਾਲ ਦਮ ਤੋੜ ਦਿੰਦੀ ਆ। ਲੇਕਿਨ ਦੋਸਤੋ ਗੁੰਡੇ ਕੁਛ ਵੀ ਉਹ ਬਦਮਾਸ਼ ਕੁਛ ਵੀ ਨਾ ਸਮਝਦੇ ਹੋਏ ਬੜੇ ਆਰਾਮ ਨਾਲ ਉੱਥੇ ਨਾਲ ਲੱਗੀ ਇੱਕ ਟੂਟੀ ਤੇ ਆਪਣੇ ਹੱਥ ਪੈਰ ਧੋ ਕੇ ਬਲੱਡ ਧੋ ਕੇ ਉੱਥੋਂ ਸਭ ਨੂੰ ਡਰਾ ਕੇ ਜਾਂਦੇ ਨੇ ਕਿ ਜਿਹਨੇ ਵੀ ਮੂੰਹ ਖੋਲਿਆ ਉਹਦਾ ਵੀ ਇਹੀ ਹਾਲ ਹੋਊਗਾ। ਦੋਸਤੋ ਉਹ ਚਲੇ ਜਾਂਦੇ ਨੇ ਤਾਂ ਲੋਕ ਉੱਥੇ ਇਕੱਠੇ ਹੁੰਦੇ ਨੇ, ਉਸ ਕੁੜੀ ਨੂੰ ਹੌਸਪੀਟਲ ਪਹੁੰਚਾ ਦਿੱਤਾ ਜਾਂਦਾ ਹੈ। ਹੌਸਪੀਟਲ ਦੇ ਵਿੱਚ ਜਿਹੜਾ ਡਾਕਟਰ ਹੈ ਚੈੱਕ ਕਰਦਾ, ਚੈੱਕ ਕਰਕੇ ਉਹ ਡਿਕਲੇਅਰ ਕਰ ਦਿੰਦਾ ਕਿ ਉਹਦੀ ਜਿਹੜੀ ਡੈਥ ਹੈ ਉਹ ਹੋ ਚੁੱਕੀ ਹੈ, ਉਹ ਮਰ ਚੁੱਕੀ ਹੈ ਕੁੜੀ। ਤਾਂ ਦੋਸਤੋ ਪੁਲਿਸ ਵੀ ਆ ਜਾਂਦੀ ਹੈ, ਹੁਣ ਪੁਲਿਸ ਚੈੱਕ ਕਰਦੀ ਹੈ ਉਹਦੇ ਸਾਰੇ ਆਈਡੀ ਕਾਰਡ ਵਗੈਰਾ, ਫੋਨ ਵਗੈਰਾ ਸਭ ਕੁਛ, ਔਰ ਉਸ ਤੋਂ ਬਾਅਦ ਉਹਦੇ ਘਰ ਸੁਨੇਹਾ ਪਹੁੰਚਾ ਦਿੰਦੇ ਨੇ ਉਹਦੇ ਮਾਦਰ ਅਤੇ ਉਹਦੀ ਮਤਲਬ ਮਾਤਾ ਅਤੇ ਪਿਤਾ ਨੂੰ। ਉਹਨਾਂ ਨੂੰ ਸੁਨੇਹਾ ਪਹੁੰਚਾ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਆ ਜਾਵੋ, ਨੰਦਾਵਨ ਕਲੋਨੀ ਆ ਜਾਵੋ। ਉਹ ਕਰੀਬ 50 ਕਿਲੋਮੀਟਰ ਦੂਰ ਉੱਥੋਂ ਰਹਿੰਦੇ ਸੀਗੇ ਅਤੇ ਉਹਨਾਂ ਨੂੰ ਬੁਲਾ ਲਿਆ ਜਾਂਦਾ। ਦੋਸਤੋ ਇਹ ਜਿਹੜੀ ਹੱਤਿਆ ਹੋਈ ਸੀ ਪੁਲਿਸ ਦੇ ਸੀਨੀਅਰ ਅਫਸਰਾਂ ਤੋਂ ਹੁੰਦੇ ਹੋਏ ਬਹੁਤ ਅੱਗੇ ਤੱਕ ਚਲੀ ਗਈ, ਕਿਉਂਕਿ ਲੋਕਾਂ ਦੇ ਵਿੱਚ ਬਹੁਤ ਰੋਸ ਆ ਗਿਆ। ਸਟੂਡੈਂਟ ਸੜਕਾਂ 'ਤੇ ਉਤਰੇ ਆਏ ਕਿ ਇੰਨੀ ਚੰਗੀ ਸਾਫ਼ ਸੁਥਰੀ ਸਟੂਡੈਂਟ ਨੂੰ ਇੱਦਾਂ ਮਾਰਿਆ ਗਿਆ, ਹਥਿਆਰਿਆਂ ਨੂੰ ਫੜ ਕੇ ਫਾਂਸੀ ਦਿੱਤੀ ਜਾਵੇ। ਅਤੇ ਲੋਕਾਂ ਦਾ ਗੁੱਸਾ, ਸਰਕਾਰ ਨੂੰ ਬੜਾ ਡਰ ਲੱਗ ਰਿਹਾ ਸੀਗਾ, ਕਿਉਂਕਿ ਸਾਰਾ
नागपुर कह दिए पूरा महाराष्ट्र कह दिए उठ के उस कुड़ी की हैल्प वास्ते उस कुड़ी के इंसाफ वास्ते सड़कों के उतर आया सीगा। रैलियां होन लग गई, सड़कों के उत्ते धरने होन लग गए। और दोस्तों इस टाइम जद सारी गल पहुँच जाती है उपर तक सरकारी अफसर तक फिर मंत्रियों तक, तो उस टाइम के होम मिनिस्टर जोड़े ने आर आर पाटिल वो स्पैशली मतलब के इस केस नूं देखण वास्ते रश्मि शुक्ला जिहड़ी के पुलिस दे उस टाइम दे इंस्पैक्टर जनरल ऑफ पुलिस पुलिस सन, उन्हां दी स्पैशल इस केस दे विच ड्यूटी लाउंदे ने तां कि तुसीं जाके सारी इनवैसटीगेशन आप करो, पता लगे तो उहदा केस है जिहड़ा जल्दी तो जल्दी ठीक मतलब के सही कीता जावे, केस दे विच जिहड़े वी मुजरम ने उन्हां नूं फड़िया जावे ते कोर्ट दे विच पेश कीता जावे। दोस्तों पुलिस अपना जिहड़ा कह दीए जाल वधाउंदी है, मोनिका दे बैग नूं चैक कीता जांदा है, मोनिका दा सारा पर्स चैक कीता जांदा है, मोनिका दे हर चीज़ चैक कीती जांदी है, क्योंकि पुलिस देखदी है जे लुट दे हिसाब नाल इह कुड़ी ते हमला कीता गया हो तां उहदा फोन चोरी होया हो, उहदे गल दे विच पई वी चैनी उद्दां ही सी कि उह नहीं चोरी होई, उहदे कन्नां दे विच जिहड़े कह दीए पए वे छोटे छोटे कांटे सी मुरकियां सी उह नहीं चोरी होईआं। इस करके पुलिस अंदाजा लाउंदी है कि यह चोरी का मसला नहीं सीगा, ये कोई ना कोई साजिश है। लेकिन दोस्तों एक साफ सुथरी चंगी कुड़ी पढ़न वाली कुड़ी नाल किसी की की दुश्मनी, वह भी इन्नी दुश्मनी कि उन्होंने इन्ने दर्दनाक मौत दवाई होवे। पुलिस दोस्तों उहदे सारे नंबर टटोलदी है, नंबरां नूं फाइंड करदे ने, कल्ले कल्ले कॉलेज के नंबर के उत्ते जिहदे ते डाउट हुंदा उहनूं बुला के इनवैसटीगेशन कीती जांदी है, पर दोस्तों पुलिस दे पल्ले अजे तक कुछ भी नहीं पैंदा हैगा। ते पुलिस अपना जिहड़े सीनियर अफसर ने वह हर रोज़ मतलब कुड़ी बारे इनकुआरी करते ने, पुछते ने, कदे उहदे कॉलेज जाते ने, कदे उहदे जिहड़ी पीजी है जिते वह होस्टल है जिहड़ा उत्थे रहिंदी सी कि उत्थे जाके कुड़ियां तो नाल लेडीज़ पुलिस जाती है उत्थे जाके इनवैसटीगेशन करते ने, पर दोस्तों कुछ भी नहीं पल्ले पैंदा। सारिया जड़िया ने पुलिस पास्यों हर पास्यों कह दिए नकारा रहा काम, कुछ भी हाथ नहीं आता। पर दोस्तों इन्ने जब पुलिस होस्टल के बच्चों इनकुआरी करके जा रही होंगी है तो उत्थे एक सविता नाम की कुड़ी आँदी है, वो हौले दिने आके कहती है कि मैं पुलिस के सीनियर अफसर ना गल करनी, तो दोस्तों उन्होंने सीनियर अफसर ना मिलाया जाता तो वह दसदी है कि एक फोन आता मैनू एक नंबर तो, वह मेरे नाल हर रोज़ रेखा बारे मेरे तो पुछदा कि रेखा कित्थे है, रेखा की करती है, रेखा चली गई कॉलेज, रेखा है घर है। तो दोस्तों टाइप करके उस बंदे नूं फाइंड करके चक्या जाता, नाम सीगा उस इंसान का कुणाल जायसवाल। कुणाल जायसवाल जब उन्हें चक्या जाता वह दसदा कि मेरा उस कुड़ी नाल तां कोई लैणा ही नहीं मोनिका नाल, मैं तो रेखा नाम की एक कुड़ी है जिहड़ी कि मैं किसी मैरिज के उत्ते नागपुर मिली सी, उस तो बाद साढ़े विच नंबर डिवाइड होए, उस तो बाद साढ़े विच गल चली, प्यार होया, तो फिर असी रिलेशन च आ गए। तो मैं मोनिका नूं हाथ सॉरी रेखा नूं मैं 14,000 रुपया हाथ धारा दिता सी, तो वह हुण मेरे पैसे मोड़ नहीं रही सी, मेरा फोन नहीं चकती सी, जिस करके मैं उहदी सहेली श्वेता नूं फोन ला के पुछदा सी कि उह कित्थे आ। दोस्तों पुलिस नूं लग्गिया कि बाकी उस मुंडे दा गल सच है, तां बयान पता कीता गया बाकी सच सी कि रेखा ने उहतों बाकी पैसे लैते सी और रेखा उहदा फोन भी नहीं चक रही सी। पुलिस दी इनवैसटीगेशन च सारा कुछ आ गया, तां जिहड़ा कुणाल जायसवाल सीगा दोस्तों उहनूं छड्ड दित्ता गया। हुण कुणाल जायसवाल नूं छड्ड के जद पुलिस अगे इनवैसटीगेशन करती है दोस्तों तो पुलिस की रेंज के एक बंदा आता श्रीकांत सोनेकर। श्रीकांत सोनेकर एक क्रिमिनल हिस्ट्री सीटर सीगा जिन्हें पहला भी कुछ क्राइम किए सीगे। दोस्तों उन्हों बिठाया जाता, चंगा हाथ तौला किया जाता, तो पता लगता है कि श्रीकांत ने ही उस कुड़ी का मोनिका का कतल किया हों, पर वह दसदा कि मैं कल्ले ने नहीं किया है, मेरे नाल दो जाने होर सीगे। दोस्तों दो जाने होर उहदे नाल एक प्रदीप सहारे और एक अमेश मराठे, ये दो जाने उहदा साथ दिंदे ने।
ਦੋਸਤੋ ਸਭ ਤੋਂ ਵੱਡੀ ਪੁਲਿਸ ਦੇ ਪੈਰ ਥੱਲੋਂ ਉਦੋਂ ਜ਼ਮੀਨ ਨਿਕਲਦੀ ਆ ਜਦੋਂ ਉਹ ਦੱਸਦਾ ਕਿ ਸਾਰੇ ਇਸ ਕਰਤਾ ਧਰਤਾ ਦਾ ਪਲਾਨ ਦਾ ਜਿਹੜਾ ਮਾਈ ਬਾਪ ਸੀਗਾ ਉਹ ਕੁਨਾਲ ਜੈਸਵਾਲ। ਪੁਲਿਸ ਸੋਚ ਕੇ ਹੈਰਾਨ ਹੋ ਜਾਂਦੀ ਹੈ ਕਿ ਅਸੀਂ ਇੰਨੀ ਡੂੰਘਾਈ ਨਾਲ ਉਸ ਬੰਦੇ ਤੋਂ ਪੁੱਛ ਗਿੱਛ ਕੀਤੀ ਤਾਂ ਕੁਨਾਲ ਜੈਸਵਾਲ ਕਿੱਦਾਂ ਮਤਲਬ ਕਿ ਕ੍ਰਿਮੀਨਲ ਨਿਕਲਿਆ, ਕਿਉਂਕਿ ਉਸ ਕੁੜੀ ਨੇ ਰੇਖਾ ਨੇ ਬਿਲਕੁਲ ਸਹੀ ਕਿਹਾ ਕਿ ਹਾਂ ਮੈਂ ਉਹਦੇ ਪੈਸੇ ਦੇਣੇ ਆ, ਮੈਂ ਉਹਦਾ ਫੋਨ ਨਹੀਂ ਚੱਕ ਰਹੀ। ਤਾਂ ਕੁਨਾਲ ਜੈਸਵਾਲ ਕਿੱਦਾਂ ਹੋ ਸਕਦਾ ਕਿ ਮਰਡਰ ਉਸ ਕੁੜੀ ਦਾ ਕੀਤਾ ਹੋਵੇ? ਤਾਂ ਦੋਸਤੋ ਪੁਲਿਸ ਉਹਦੇ ਬਾਰੇ ਪਤਾ ਕਰਦੀ ਹੈ ਜੇ ਪਤਾ ਲੱਗਦਾ ਕਿ ਯਾਸ਼ ਕਿਸਮ ਦਾ ਆਦਮੀ ਹੈ। ਲੇਕਿਨ ਮੋਨਿਕਾ ਨਾਲ ਉਹਦਾ ਕੋਈ ਵੀ ਸੰਬੰਧ ਨਹੀਂ ਸੀਗਾ, ਮੋਨਿਕਾ ਨਾਲ ਉਹਦਾ ਕੋਈ ਫੋਨ 'ਤੇ ਗੱਲ, ਮੋਨਿਕਾ ਦੀ ਉਹਦੇ ਨਾਲ ਕੋਈ ਧਮਕੀ ਜਾਂ ਕੋਈ ਲਹਿਜ਼ਾ ਜਾਂ ਕੋਈ ਪੈਸੇ ਦਾ ਲੈਣ ਦੇਣ ਕੁਛ ਨਹੀਂ ਨਿਕਲਿਆ। ਲੇਕਿਨ ਦੋਸਤੋ ਜਦ ਅਮੇਸ਼ ਮਰਾਠੇ ਅਤੇ ਪ੍ਰਦੀਪ ਨੂੰ ਚੱਕਿਆ ਗਿਆ, ਉਹਨਾਂ ਨਾਲ ਗੱਲਬਾਤ ਕੀਤੀ ਗਈ, ਹੱਥ ਤੌਲਾ ਕੀਤਾ ਗਿਆ, ਸਖ਼ਤੀ ਨਾਲ ਪੁੱਛਿਆ ਗਿਆ, ਤਾਂ ਦੋਸਤੋ ਉਹਨਾਂ ਨੇ ਵੀ ਉਹੀ ਕਿਹਾ ਕਿ ਸਾਡਾ ਸਾਰਿਆਂ ਦਾ ਜਿਹੜਾ ਪਲੈਨਰ ਸੀਗਾ ਉਹ ਕੁਨਾਲ ਜੈਸਵਾਲ ਸੀਗਾ। ਤਾਂ ਕੁਨਾਲ ਜੈਸਵਾਲ ਨੂੰ ਦੁਬਾਰਾ ਚੱਕਿਆ ਜਾਂਦਾ, ਉਹ ਨਹੀਂ ਮੰਨਦਾ। ਜਦ ਉਹਦੇ ਸਾਹਮਣੇ ਉਮੇਸ਼ ਅਤੇ ਪ੍ਰਦੀਪ ਨਾਲ ਸ਼੍ਰੀਕਾਂਤ ਨੂੰ ਕੀਤਾ ਜਾਂਦਾ ਅਤੇ ਦੋਸਤੋ ਉਹ ਟੁੱਟ ਜਾਂਦਾ। ਫਿਰ ਉਹ ਆਪਣੀ ਕਹਾਣੀ ਦੱਸਦਾ ਕਿ ਮੇਰੀ ਜਿਹੜੀ ਗੱਲਬਾਤ ਸੀਗੀ ਉਹ ਮੇਰੀ ਰੇਖਾ ਨਾਲ ਸੀਗੀ, ਰੇਖਾ ਮੇਰੇ ਨਾਲ ਚੰਗੀ ਚੱਲ ਰਹੀ ਸੀਗੀ, ਥੋੜ੍ਹੇ ਜਿਹੇ ਟਾਈਮ ਤੋਂ ਰੇਖਾ ਮੈਨੂੰ ਇਗਨੋਰ ਕਰਨ ਲੱਗ ਗਈ ਅਤੇ ਮੇਰੇ ਤੋਂ ਲਏ ਹੋਏ ਪੈਸੇ ਵੀ ਵਾਪਸ ਨਹੀਂ ਕਰ ਰਹੀ ਸੀਗੀ, ਬਲਕਿ ਮੈਨੂੰ ਛੱਡ ਕੇ ਕਿਸੇ ਹੋਰ ਮੁੰਡੇ ਦੇ ਨਾਲ ਉਹ ਗੱਲਬਾਤ ਕਰਨ ਲੱਗ ਗਈ, ਉਹਦੇ ਨਾਲ ਫਰੈਂਡਸ਼ਿਪ ਕਰ ਲਈ। ਲੇਕਿਨ ਦੋਸਤੋ ਕੁਨਾਲ ਜੈਸਵਾਲ ਉਹਦੇ ਪਿਆਰ 'ਚ ਪਾਗਲ ਹੋਇਆ ਪਿਆ ਸੀਗਾ, ਕਿਉਂਕਿ ਪਹਿਲਾਂ ਜਦ ਇਹ ਇੱਕ ਦੂਜੇ ਨਾਲ ਗੱਲ ਕਰਦੇ ਸੀ ਦੋਹਾਂ ਦਾ ਪਿਆਰ ਪਿਆ, ਪਿਆਰ ਤੋਂ ਬਾਅਦ ਥੋੜ੍ਹੇ ਥੋੜ੍ਹੇ ਝਗੜੇ ਸ਼ੁਰੂ ਹੋ ਗਏ, ਝਗੜਿਆਂ ਕਰਕੇ ਰੇਖਾ ਇਹਦੇ ਤੋਂ ਦੂਰ ਜਾਣ ਲੱਗ ਗਈ। ਲੇਕਿਨ ਬਾਅਦ ਦੇ ਵਿੱਚ ਜਦ ਕੁਨਾਲ ਨੂੰ ਅਹਿਸਾਸ ਹੋਇਆ ਜਦ ਤੱਕ ਜਿਹੜੀ ਰੇਖਾ ਸੀਗੀ ਉਹ ਬੜੀ ਦੂਰ ਨਿਕਲ ਚੱਲੀ ਸੀਗੀ, ਉਹ ਇਹਦੇ ਨਾਲੋਂ ਜ਼ਿਆਦਾ ਮਤਲਬ ਕਿ ਕਿਸੇ ਹੋਰ ਮੁੰਡੇ ਨਾਲ ਪਿਆਰ ਕਰਨ ਲੱਗ ਗਈ ਸੀ, ਗੱਲ ਕਰਦੀ ਸੀ। ਦੋਸਤੋ ਇਹਨੇ ਸ਼੍ਰੀਕਾਂਤ ਨੇ ਨਾਲ ਰਲ ਕੇ ਉਸ ਮੁੰਡੇ ਨੂੰ ਵੀ ਧਮਕਾਇਆ ਸੀਗਾ ਕਿ ਰੇਖਾ ਤੋਂ ਦੂਰ ਰਹਿ ਵਰਨਾ ਤੈਨੂੰ ਇਸ ਦੁਨੀਆਂ ਤੋਂ ਦੂਰ ਕਰ ਦਾਂਗੇ। ਦੋਸਤੋ ਇਹ ਸਾਰਾ ਕੁਛ ਮਤਲਬ ਕਿ ਜੇ ਗੱਲ ਕਰੀਏ ਇਹ ਜਦੋਂ ਜਾਇਲ ਸੀਗੀ ਜਿਹਦੇ ਵਿੱਚ ਜਦ ਕੁਨਾਲ ਟੁੱਟ ਜਾਂਦਾ ਤਾਂ ਉਹ ਸਾਰੀ ਗੱਲ ਦੱਸਦਾ ਕਿ ਮੈਂ ਕਤੋਲ, ਮੇਰਾ ਪਿੰਡ ਹੈ ਕਤੋਲ ਦੇ ਇਲਾਕੇ ਵਿੱਚ, ਇੱਕ ਮੈਰਿਜ ਫੰਕਸ਼ਨ ਸੀਗਾ ਜਿੱਥੇ ਮੈਨੂੰ ਇਹ ਰੇਖਾ ਮਿਲੀ ਸੀਗੀ। ਬਾਕੀ ਜਿਹੜੀ ਗੱਲ ਆ ਤੁਹਾਨੂੰ ਦੱਸੀ ਕਿ ਇੱਦਾਂ ਇੱਦਾਂ ਇਹਦਾ ਸਾਰਾ ਹੋਇਆ। ਉਸ ਤੋਂ ਬਾਅਦ ਇਹ ਦੱਸਦਾ ਕਿ ਮੇਰੇ ਨਾਲ ਮਤਲਬ ਕਿ ਮੈਂ ਉਹਦੇ ਪਿਆਰ ਦੇ ਵਿੱਚ ਪਾਗਲ ਸੀਗਾ, ਜਦੋਂ ਮੇਰਾ ਫੋਨ ਚੱਕਣਾ ਬੰਦ ਕਰਤਾ ਮੇਰੀ ਨਾ ਹੋਈ ਤਾਂ ਮੈਂ ਇੱਕ ਸਿਸਟਮ ਬਣਾਇਆ ਕਿ ਜਿਹੜੀ ਰੇਖਾ ਉਹ ਜਦ ਮੇਰੀ ਨਹੀਂ ਹੋ ਸਕਦੀ ਉਹਨੂੰ ਮੈਂ ਕਿਸੇ ਹੋਰ ਦੀ ਵੀ ਨਹੀਂ ਹੋਣ ਦੇਣਾ। ਔਰ ਦੋਸਤੋ ਕੁਨਾਲ ਜੈਸਵਾਲ ਨੇ ਪਲੈਨ ਬਣਾਇਆ ਰੇਖਾ ਨੂੰ ਮਾਰਨ ਦਾ, ਅਤੇ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਸ਼੍ਰੀਕਾਂਤ ਨੂੰ, ਜਿਹੜਾ ਕਿ ਇੱਕ ਛੋਟਾ ਮੋਟਾ ਹਿਸਟਰੀ ਸੀਟਰ ਸੀਗਾ, ਚੋਰੀ ਚੱਪੇ ਦੇ ਕੇਸ ਸੀਗੇ, ਤਾਂ ਉਹਨੂੰ ਕਿਹਾ ਗਿਆ ਕਿ ਤੈਨੂੰ ਵੱਡਾ ਕੰਮ ਦਿੰਦੇ ਹਾਂ। ਤਾਂ ਉਹਨੂੰ ਕਰੀਬ ਕਰੀਬ ਦੋਸਤੋ 1.5 ਲੱਖ ਰੁਪਏ ਦੇ ਵਿੱਚ ਗੱਲਬਾਤ ਹੋਈ ਰੇਖਾ ਨੂੰ ਮਾਰਨ ਦੀ। ਸਾਰਾ ਕੁਛ ਕਰਕੇ ਦੋਸਤੋ ਜਿਹੜਾ ਸੀਗਾ ਇਹ ਪਲੈਨ ਬਣਾਇਆ ਗਿਆ 1.5 ਲੱਖ ਰੁਪਇਆ ਦੇ ਕੇ ਉਹਨੂੰ, ਔਰ ਨਾਲ ਉਹਨੇ ਦੋ ਜਾਣੇ ਆਪਣੇ ਉਮੇਸ਼ ਅਤੇ ਪ੍ਰਦੀਪ ਨੂੰ ਨਾਲ ਲਿੱਤਾ, ਔਰ ਜਿਹੜਾ ਦਿਨ ਸੀਗਾ ਮਰਡਰ ਕਰਨ ਦਾ ਉਹਦੀ ਰੈਕੀ ਕਰਨੀ ਸ਼ੁਰੂ ਕਰਤੀ ਕਾਲਜ ਤੋਂ, ਰੇਖਾ ਦੀ ਕਿੰਨੇ ਵਜੇ ਨਿਕਲਦੀ ਆ ਹੋਸਟਲ ਤੋਂ, ਕਿੰਨੇ ਵਜੇ ਨਿਕਲਦੀ ਆ ਉਹ ਕਾਲਜ ਤੋਂ, ਹਰ ਚੀਜ਼। ਦੋਸਤੋ ਜਦ ਇਹ ਸਾਰਾ ਕੁਛ ਹੋ ਜਾਂਦਾ 11 ਮਾਰਚ 2011 ਦਾ ਦਿਨ ਰੱਖਿਆ ਜਾਂਦਾ ਮਰਡਰ ਦਾ, ਕਿ ਸਵੇਰੇ 11 ਵਜੇ ਦੇ ਕਰੀਬ ਹੋਸਟਲ ਤੋਂ ਨਿਕਲ ਕੇ ਕਾਲਜ ਨੂੰ ਰੇਖਾ ਜਾਂਦੀ ਆ। ਤਾਂ ਦੋਸਤੋ ਜਿਹੜੇ ਮੁੰਡੇ ਨੇ ਹੋਸਟਲ ਦੇ ਗੇਟ 'ਤੇ ਆ ਕੇ ਖੜ੍ਹ ਜਾਂਦੇ ਨੇ, ਆਪਣੀ ਤਿਆਰੀ ਦੇ ਵਿੱਚ ਹੁੰਦੇ ਨੇ, ਨਸ਼ੇ ਨਾਲ ਧੁੱਤ ਹੁੰਦੇ ਨੇ ਪੂਰਾ, ਕਿਉਂਕਿ ਇੱਦਾਂ ਦਾ ਕੰਮ ਮਰਡਰ ਵਗੈਰਾ ਦਾ ਬੰਦਾ ਨਸ਼ਾ ਕਰਕੇ ਹੀ ਕਰਦਾ, ਸੋਫੀ ਦੇ ਵਿੱਚ ਵੈਸੇ ਹੀ ਨਹੀਂ ਹੁੰਦਾ ਹੈਗਾ, ਆਤ ਕੰਮਾਂ ਲੱਗ ਜਾਂਦੇ ਨੇ। ਅਤੇ ਦੋਸਤੋ ਬੰਦੇ ਆਪਣੀ ਤਿਆਰੀ 'ਚ ਖੜ੍ਹਦੇ ਨੇ, ਜਿਹੜਾ ਇਹ ਹੁੰਦਾ ਜੈਸਵਾਲ ਹੁੰਦਾ, ਇਹ ਜੈਸਵਾਲ ਆਪਣੇ ਪਿੰਡ 'ਚ ਲਿਆ ਜਾਂਦਾ, ਕਿਉਂਕਿ ਕੁਨਾਲ ਜੈਸਵਾਲ ਕਹਿੰਦਾ ਕਿ ਮੇਰੇ 'ਤੇ ਕੋਈ ਗੱਲ ਨਾ ਆਵੇ, ਇਸ ਕਰਕੇ ਉਹ ਪਹਿਲਾਂ ਹੀ ਇੱਕ ਦਿਨ ਪਹਿਲਾਂ ਆਪਣੇ ਪਿੰਡ 'ਚ ਲਿਆ ਜਾਂਦਾ ਅਤੇ ਉੱਥੋਂ ਫੋਨ 'ਤੇ ਉਸ ਕੁੜੀ ਨੂੰ ਸੰਪਰਕ ਕਰਕੇ ਪੁੱਛਦਾ ਕਿ ਰੇਖਾ ਕਿੱਥੇ ਹੈ। ਤਾਂ ਦੋਸਤੋ ਉਹ ਥੋੜ੍ਹੀ ਜਿਹੀ ਕਹਿੰਦੀ ਕਿ ਮੈਂ ਪ੍ਰੈਸ ਕਰ ਰਹੀ ਸੀ, ਆਪਣੇ ਕੱਪੜਿਆਂ 'ਚ ਮੈਂ ਬਿਜ਼ੀ ਸੀ, ਅਤੇ ਉਹਨੇ ਫੋਨ ਕਰਕੇ ਕਹਿਤਾ ਕਿ ਉਹ ਨਿਕਲ ਗਈ। ਹੁਣ ਉਹਨੇ ਨਾ ਤਾਂ ਉਹਨੂੰ ਕੋਈ ਟਾਈਮ ਦੱਸਿਆ, ਉਹਨੇ ਇਹ ਕਹਿਤਾ ਕਿ ਉਹ ਨਿਕਲ ਗਈ, ਉਹ ਸਮਝਿਆ ਕਿਤੇ ਹੁਣੇ ਨਿਕਲੀ ਹੈ,
दोस्तों उन्हें दोबारा फोन कटिया तो उन्हें उन्होंने मुंडिया फोन करके कहा कि वो मूँह से कपड़ा लपेटिया हो ब्लैक गोगल ला के जाती है और वह हमने निकली है गेट उन्हें हमने क्रॉस किया। तो दोस्तों जो मुंडे फोन कटते हैं तो सामने जी मोनिका होंगी वह गेट क्रॉस करती है वह समझ जाते हैं कि यही कुड़ी है और दोस्तों थोड़ी दूर जाके कॉलेज तो वो पार कर देंगे और मोनिका की मौत हो जाती है। दोस्तों इत्थे एक चीज देखो कि निकी जी गलती करके एक बेकसूर मारिया गया है एक बेकसूर जान चली गई उहदा कोई कसूर भी नहीं सीगा उहदा कोई लेना देना भी नहीं सीगा। जिहड़ी सवेता सीगी जिन्हें इनफॉर्मेशन देनी सीगी पहला तो दे ही नहीं रही सीगी पर बड़ा रोन धोन करके बड़ा फरियादा करके जिहड़ा जैसवाल कुणाल जैसवाल सीगा उहदे तो इनफॉर्मेशन लै रहा सी रेखा बारे। लेकिन दोस्तों उस दिन अचनचेत उहदे तो जिहड़ी उहने कहा कि वह चली गई तो उहने कहा सी कि वह चली गई उहने यह नहीं दस्सिया कि वह 2 घंटे पहला चली गई। उस दिन 9 बजे ही रेखा जी कॉलेज निकल गई सी जबकि जी मोनिका सी वह 11 बजे जा रही सी कॉलेज तो दोस्तों 11 बजे का टाइम सीगा नॉर्मली रेखा का जान का अगे तो रेखा की आई मोनिका कारनेकर जे जिदी जिदा मर्डर होया उहदी कहानी बनी उस बेकसूर मापियां दी कली कली धी जिहड़ी कि चंगी पढ़ी लिखी खुश मिजाज सी और उहनूं उस रेखा की जगह पर बलि देनी पई। तो दोस्तों पुलिस ने बड़ा बाखूबी आपका रोल निभाया बड़ी ईमानदारी नाल कुछ दिनों के ही मुजलमान नूं फड़ के कोर्ट के पेश किया गया और उस तो बाद जिहड़ा मुलजमान फड़ के जद किया गया उस तो बाद दोस्तों कुणाल बहुत ज़्यादा पछतावा होया। कुणाल ने यह भी देखा कि मेरे तो गलत कुड़ी मारी गई अपनी जिंदगी दे विच बड़ा पाप हो गया लेकिन हुण कर भी की सकदा सीगा। उस तो बाद अंडरग्राउंड होने की सोचता लेकिन दोस्तों अंडरग्राउंड होया नहीं जाता जद नूं पुलिस जिहड़ी उहनूं अड़िके च लै लैंदी है और माहौल इदां दा बन जाता है कि उस इंसान के सारे विरुद्ध हो जाते हैं। तो दोस्तों उहदे माँ बाप की जे आप गल करिए मोनिका दे उहनां दी इन्नी हैसियत नहीं सी बेचारियां दी कि वह एक वकील कर सकन और गौरमेंट वालों उन्होंने एक वकील करके दिता जाता जिहड़ा कि उन्हों की पैरवाई करता सी एक निहायत ही ईमानदार एक्सपीरियंस वाला जिहदा नाम सी उज्जवल निगम। दोस्तों जिन्हें मतलब कि उस वकील ने गुलशन कुमार का होर कई तकड़े जिन्हों का मर्डर होया सी बड़े डायरेक्टर का किसी लीडर का सारे केस लड़े सीगे और उस इंसान उस वकील में केस दिता गया लड़न वास्ते। तो दोस्तों 7 जून 2015 जी है कुणाल 1,00,000 रुपया जुर्माना तो उम्र कैद की सज़ा जबकि दूजियां 5,000-5,000 रुपया तो उम्र कैद की सज़ा जी दी गई ये 5,000-5,000 तो 1,50,000 रुपया जो भी सीगा सज़ा दे विच होया उन्होंने वह मोनिका के घरद्यां नूं देने सीगे और मोनिका के घरद्यां नूं ये जिहड़ा देना सीगा 2 साल की सज़ा सीगी उम्र कैद सीगी सॉरी 2 साल की सज़ा भुगतन तो बाद उन्होंने दोबारा आके हाई कोर्ट के रिट लाई लेकिन उत्थे भी कुछ नहीं बनिया तो उत्थों जाके अगे भी उन्हां दी सज़ा जिहड़ी रद्द नहीं हुई हैगी उदां दी उदां ही रही तो अज वह जेल के सज़ा कट रहे हैं। सो ये दोस्तों कहानी सी एक उस कुड़ी की जिहदा कोई रोल भी नहीं सीगा तो जिहदी बेचारी की माड़ी जी नाल ही मौत हो गई मारी गई। तो दोस्तों जे कहानी वधिया लगी तो चंगा लाइक कर दिओ शेयर कर दिओ तो वीडियो नूं अगे भेजो तो ताकि सारे इस वीडियो नूं देख सकन तो पता लगे किवें कि एक बेकसूर नूं 3 दरिंदियां ने किवें प्लान बना के मारिया। तो दोस्तों जेकर कोई कहानी सुनाउण दौरान गलती हो गई होवे ते माफ करना। मिलते हैं आपां कल एक नवी कहानी लेके जब तक मैनू दिओ इजाजत सारे दोस्त मित्र भैन भरावां नूं सत श्री अकाल थैंक यू सो मच जी रब राखा।